15 ਸਾਲ ਦੀ ਉਮਰ ਦੇ ਵਿੱਚ ਇੰਨੀਆਂ ਕਮਲਾਂ ਇੰਨੀਆਂ ਕ ਉਪलब्ਧੀਆਂ ਪ੍ਰਾਪਤ ਕੀਤੀਆਂ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਪਿੰਡ ਦਾ ਪੂਰੇ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਵਾ ਇੱਕ ਵਾਰੀ ਉਸ ਉਪलब्ਧੀਆਂ ਦੇ ਇੱਕ ਵਾਰੀ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਜੋ ਇੰਡੀਆ ਬੁੱਕ ਆਫ ਰਿਕਾਰਡ 2020 ਮੇਰਾ ਸੁਪਨਾ ਹੈ ਕਿ ਮੈਂ ਇੱਕ ਯੰਗ ਯੂਥ ਆਈਕਨ ਬਣਨਾ ਚਾਹੁੰਦਾ ਆਪਣੇ ਇੰਡੀਆ ਦਾ ਪੰਜਾਬ ਦਾ ਪਹਿਲਾ ਮੁੰਡਾ ਬੰਨਾ ਚਾਹੁੰਦਾ ਯੰਗ ਯੂਥ ਆਈਕਨ ਜਿਹੜਾ ਮਤਲਬ ਕਿ ਫਿਟਨੈਸ ਨੂੰ ਮੋਟੀ ਮਤਲਬ ਕਿ ਫਿਟਨੈਸ ਨੂੰ ਇੱਕ ਆ ਵਧੀਆ ਤਰੀਕੇ ਤੇ ਉੱਚੇ ਉੱਚੇ ਲੈਵਲ ਤੇ ਲੈ ਕੇ ਆਏ ਅ ਮੈਂ ਦੋ ਵਾਰ ਵਰਲਡ ਰਿਕਾਰਡ ਹੋਲਡਰ ਹਾਂ ਤੇ ਪਹਿਲਾ ਰਿਕਾਰਡ ਸੀ ਮੇਰਾ 1 ਮਿੰਟ ਦੇ ਵਿੱਚ 118 ਨਕਲ ਪੁਸ਼-ਅਪ ਲਾਈ ਸੀ ਮੈਂ ਤੇ ਦੂਜਾ ਰਿਕਾਰਡ ਸੀ ਮੇਰਾ 30 ਸੈਕਿੰਡਾਂ ਦੇ ਵਿੱਚ 35 ਸੁਪਰਮੈਨ ਪੁਸ਼-ਅਪ ਲਾਈ ਸੀ ਮੈਂ ਤੇ ਇਸ ਟੀਮ ਨੂੰ ਲੈ ਕੇ ਦਿਓ ਇਸ ਟੀਮ ਨੂੰ ਲੈ ਕੇ ਤੇ ਮੈਨੂੰ ਹੁਣ ਕਰਮਵੀਰ ਚੱਕਰ ਅਵਾਰਡਸ ਨੇ ਉਦਲੀ ਮੇਰਾ ਨਾਮ ਨミネਟ ਹੋਇਆ ਵਾ ਤੇ ਪੰਜਾਬ ਦਾ ਪਹਿਲਾ ਮੁੰਡਾ ਵਾ ਜਿਹੜਾ ਇੰਨੀ ਯੰਗ ਇਹਦੇ ਵਿੱਚ ਨਾਮ ਨミネਟ ਹੋਇਆ ਕਰਮਵੀਰ ਚੱਕਰ ਅਵਾਰਡ ਵਾਸਤੇ ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਕਿਸੇ ਦੇ ਸਿਰ ਤੇ ਨਾ ਬੈਠੇ ਰਹੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਆਪਣੇ ਆਪ ਨੂੰ ਦੇਖੋ ਆਪਣੇ ਆਪ 'ਚ ਸੋਚੋ ਕਿ ਮੈਂ ਉਹ ਚੀਜ਼ ਕਰਨੀ ਆ ਬਿਕੋਜ਼ ਕਿਉਂਕਿ ਇਫ ਯੂ ਕੈਨ ਥਿੰਕ ਸਮਥਿੰਗ ਦੈਨ ਯੂ ਕੈਨ ਅਚੀਵ ਸਮਥਿੰਗ ਰੰਗਲਾ ਟੀਵੀ ਦੇਖ ਰਹੇ ਸਾਰੇ ਸੋਤਿਆਂ ਦਾ ਸਤਿ ਸ਼ਕਾਰ ਮੈਂ ਹਾਂ ਜਤਿੰਦਰ ਗੁੰਡਲ ਆਪਣੇ ਸਹਿਯੋਗੀ ਜਸਵਿੰਦਰ 베ਦੀ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਇਹ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੀ ਜਿੱਥੋਂ ਦਾ ਇੱਕ ਨੌਜਵਾਨ ਕੁਵਰ ਅਮਰਤबीर ਸਿੰਘ ਜੋ ਕੀ ਆਪਣੇ ਇੱਕ ਪਿੰਡ ਦੇ ਵਿੱਚ ਇੱਕ ਜ਼ਿਲ੍ਹੇ ਨੂੰ ਇੱਕ ਪ੍ਰੇਰਿਤ ਕਰ ਰਿਹਾ ਵਾ ਨੌਜੋ ਅੱਜ ਕੀ ਪੰਜਾਬ ਦੇ ਨੌਜਵਾਨ ਜਿਸ ਤਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਪਰ ਉਸ ਦੇ ਨਾਲ-ਨਾਲ ਉਸ ਨੌਜਵਾਨ ਨੇ 17 ਸਾਲ ਦੀ ਉਮਰ ਦੇ ਵਿੱਚ ਇੰਨੀਆਂ ਕਮਲਾਂ ਇੰਨੀਆਂ ਕ ਉਪਲਬਧੀਆਂ ਪ੍ਰਾਪਤ ਕੀਤੀਆਂ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਪਿੰਡ ਦਾ ਪੂਰੇ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਵਾ ਇੱਕ ਵਾਰੀ ਉਸ ਉਪਲਬਧੀਆਂ ਦੇ ਇੱਕ ਵਾਰੀ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਉਸ ਨੌਜਵਾਨ ਵੱਲੋਂ ਅਮਰਤबीर ਵੱਲੋਂ ਕਿ ਕਿਸ ਤਰ੍ਹਾਂ ਆਪਣੇ ਪਿੰਡ ਦੇ ਵਿੱਚੋਂ ਇੰਡੀਆ ਬੁੱਕ ਆਫ ਰਿਕਾਰਡ 2020 ਔਰ ਨਾਲ ਨਾਲ ਦੋ ਰਿਕਾਰਡ ਉਸ ਵੱਲੋਂ ਹਾਸਲ ਕੀਤੇ ਗਏ ਨੇ ਅਤੇ ਹੁਣ ਵੀ ਉਹਦੇ ਮਨ ਦੇ ਵਿੱਚ ਅਜੇ ਵੀ ਚਾਹ ਹੈਗੇ ਨੇ ਕਿ ਆਪਣੇ ਇਸ ਚਾਹ ਨੂੰ ਉਹਨੇ ਹਰ ਸੰਘਰਸ਼ ਨਾਲ ਪੂਰਾ ਕਰਨਾ ਵਾ ਜੇ ਗੱਲ ਕਰੀਏ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੇ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਐਨਡੀਏ ਦਾ ਟੈਸਟ ਕਲੀਅਰ ਕਰੇ ਅਤੇ ਐਨਡੀਏ ਤੋਂ ਬਾਅਦ ਕਿਸੇ ਆਰਮੀ ਦੇ ਵਿੱਚ ਉਹਨਾਂ ਨੇ ਜੁਆਇਨ ਕਰਵਾਉਣ ਦਾ ਸੁਪਨਾ ਸੀ ਪਰ ਉਸਨੇ ਆਪਣੇ ਬਾਪ ਦੇ ਸੁਪਨੇ ਨੂੰ ਪੂਰਾ ਨਹੀਂ ਕੀਤਾ ਪਰ ਆਪਣੇ ਸੰਘਰਸ਼ ਦੇ ਨਾਲ ਆਪਣੇ ਸੁਪਨੇ ਨੂੰ ਪੂਰਾ ਕੀਤਾ ਵਾ ਗੱਲਬਾਤ ਵੀ ਕਰਦੇ ਹਾਂ ਅਮਰਿਤਪੀਰ ਸਿੰਘ ਨਾਲ ਕੀ ਕਹਿੰਦੇ ਨੇ ਇਸ ਸੁਪਨੇ ਨੂੰ ਲੈ ਕੇ ਕਿੰਨਾ ਕੋਣਾ ਦੇ ਵਿੱਚ ਸੁਪਨਾਵਾ ਤੇ ਕਿਸ ਚੀਜ਼ ਦਾ ਸੁਪਨਾਵਾ ਪਹਿਲਾਂ ਤਾਂ ਮੈਂ ਪੂਰੀ ਟੀਮ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਇੰਟਰਵਿਊ ਵਾਸਤੇ ਮੇਰੇ ਲਈ ਆਏ ਤੇ ਰਹੀ ਗੱਲ ਮੇਰੇ ਸੁਪਨੇ ਦੀ ਤਾਂ ਮੇਰਾ ਸੁਪਨਾ ਹੈ ਕਿ ਮੈਂ ਇੱਕ ਯੰਗ ਯੂਥ ਆਈਕਨ ਬੰਨਾ ਚਾਹੁੰਦਾ ਆਪਣੇ ਇੰਡੀਆ ਦਾ ਪੰਜਾਬ ਦਾ ਪਹਿਲਾ ਮੁੰਡਾ ਬੰਨਾ ਚਾਹੁੰਦਾ ਯੰਗ ਯੂਥ ਆਈਕਨ ਜਿਹੜਾ ਮਤਲਬ ਕਿ ਫਿਟਨੈਸ ਨੂੰ ਮੋਟੀ ਮਤਲਬ ਕਿ ਫਿਟਨੈਸ ਨੂੰ ਇੱਕ ਵਧੀਆ ਤਰੀਕੇ ਤੇ ਉੱਚੇ ਲੈਵਲ ਤੇ ਲੈ ਕੇ ਆਏ ਤੇ ਜਿਹੜਾ ਸਾਡਾ ਯੂਥ ਆ ਉਹਨੂੰ ਮੋਟੀਵੇਟ ਕਰ ਸਕੀਏ ਵਧੀਆ ਤਰੀਕੇ ਨਾਲ ਕਿਉਂਕਿ ਆਪਾਂ ਯੂਥ ਨੂੰ ਦੇਖਦੇ ਆ ਤਾਂ ਕਈ ਲੋਕ ਜਿਹੜੇ ਆ ਕਈ ਯੂਥ ਕੁਝ ਯੂਥ ਜਿਹੜਾ ਸਾਡਾ ਯੂਥ ਆ ਉਹ ਮਾੜੇ ਪਾਸੇ ਆ ਤਾਂ ਕਈ ਜਿਹੜੇ ਥੋੜਾ ਜਿਆਦਾ ਯੂਥ ਆ ਉਹਦੇ ਵਿੱਚ ਬੜਾ ਟੈਲੈਂਟ ਆ ਪਰ ਟੈਲੈਂਟ ਉਹਨੂੰ ਕੋਈ ਅੱਗੇ ਲੈ ਕੇ ਆਉਣ ਵਾਲਾ ਨਹੀਂ ਮਿਲਦਾ ਤਾਂ ਮੈਂ ਇਹ ਮਤਲਬ ਕਿ ਕਰਦਾ ਹਾਂ ਆਪਣੇ ਆਪ ਤੇ ਕਿ ਜੇ ਮੈਂ ਕਿਸੇ ਲੈਵਲ ਤੇ ਪਹੁੰਚਿਆ ਆਉਂਗਾ ਤੇ ਜਿਹੜਾ ਉਹਨਾਂ ਵਿੱਚ ਟੈਲੈਂਟ ਆ ਉਹਨੂੰ ਮੈਂ ਲੈ ਕੇ ਆ ਸਕਦਾ ਪਰ ਜੇ ਮੈਂ ਆਪਣੇ ਪੱਲੇ ਕੁਝ ਲੈ ਕੇ ਆਵਾਂਗਾ ਫੇਰ ਹੀ ਉਹਨਾਂ ਦੀ ਹੈਲਪ ਕਰੂੰਗਾ ਤੇ ਬਸ ਉਸ ਚੀਜ਼ ਨੂੰ ਹਮਤ ਦੇ ਨਜ਼ਰ ਰੱਖਦੇ ਹੋਏ ਮੈਂ ਆਪਣੀ ਜਿਹੜੀ ਮਿਹਨਤ ਆ ਉਹ ਪੂਰੀ ਸੰਘਰਸ਼ ਕਰ ਰਿਹਾ ਆ ਵਧੀਆ ਤਰੀਕੇ ਨਾਲ ਕਰ ਰਿਹਾ ਆ ਹਾਰਡ ਵਰਕ ਡੇਲੀ ਕਰ ਰਿਹਾ ਆ ਸਟਰਗਲ ਕਰ ਰਿਹਾ ਆ ਆਪਣੀ ਲਾਈਫ ਵਿੱਚ ਕਿ ਮੈਂ ਉਸ ਮੁਕਾਮ ਤੇ ਪਹੁੰਚ ਸਕਾਂ ਅਮਰਪੀਰ ਜੀ ਉਪਲਬਧੀਆਂ ਦੀ ਗੱਲ ਕਰੀਏ ਉਸ ਦੇ ਨਾਲ ਕਿਹੜੀਆਂ ਗੜੀਆਂ ਉਪਲਬਧੀਆਂ ਤੁਸੀਂ ਇਸ ਆਪਣੇ ਪ੍ਰਾਪਤ ਕੀਤੀਆਂ ਇਸ ਦੇ ਵਿੱਚ ਤੇ ਕੀ ਤੁਸੀਂ ਮਤਲਬ ਕੰਟੈਂਟ ਕਰਦੇ ਹੋ ਜਿਹਦੇ ਨਾਲ ਤੁਹਾਨੂੰ ਇਹ ਉਪਲਬਧੀਆਂ ਪ੍ਰਾਪਤ ਹੋਈਆਂ ਮੈਂ ਦੋ ਵਾਰ ਵਰਲਡ ਰਿਕਾਰਡ ਹੋਲਡਰ ਆ ਤੇ ਪਹਿਲਾ ਰਿਕਾਰਡ ਸੀ ਮੇਰਾ 1 ਮਿੰਟ ਦੇ ਵਿੱਚ 118 ਨਕਲ ਪੁਸ਼-ਅਪ ਲਾਈ ਸੀ ਮੈਂ ਤੇ ਦੂਜਾ ਰਿਕਾਰਡ ਸੀ ਮੇਰਾ 30 ਸੈਕਿੰਡਾਂ ਦੇ ਵਿੱਚ 35 ਸੁਪਰਮੈਨ ਪੁਸ਼-ਅਪ ਲਾਈ ਸੀ ਮੈਂ ਤੇ ਇਸ ਟੀਮ ਨੂੰ ਲੈ ਕੇ ਤੇ ਮੈਨੂੰ ਹੁਣ ਕਰਮਵੀਰ ਚੱਕਰ ਅਵਾਰਡਸ ਨੇ ਉਹਦੇ ਲਈ ਮੇਰਾ ਨਾਂ ਨੂੰ ਮਿੰਟ ਹੋਇਆ ਵਾ ਤੇ ਪੰਜਾਬ ਦਾ ਪਹਿਲਾ ਮੁੰਡਾ ਵਾ ਜਿਹੜਾ ਇੰਨੀ ਯੰਗ ਇਹਦੇ ਵਿੱਚ ਨਾਂ ਨੂੰ ਮਿੰਟ ਹੋਇਆ ਕਰਮਵੀਰ ਚੱਕਰ ਅਵਾਰਡ ਵਾਸਤੇ ਤੁਸੀਂ ਜੇ ਗੱਲ ਕੀਤੀ ਜਾਏ ਜਿਸ ਦਾ ਹੁਣ ਤੁਹਾਡਾ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ ਕਿਸ ਦਾ ਤੁਸੀਂ ਅੱਗੇ ਮਤਲਬ ਕਿ ਟਾਰਗੇਟ ਜਾਂ ਕਿਹਾ ਜਾ ਸਕਦਾ ਜਾਂ ਕਿਸ ਦੀ ਅੱਗੇ ਇਹ ਰਿਕਾਰਡ ਸੀ ਜਿਸ ਨੂੰ ਤੋੜ ਕੇ ਤੁਸੀਂ ਅੱਗੇ ਆਏ ਪਹਿਲਾ ਰਿਕਾਰਡ ਇਹ ਨਕਲ ਪੁਸ਼ਅਪ ਦਾ ਰਿਕਾਰਡ ਸੀ ਉਹ ਕੇਜ ਉਸਮਦ ਦੇ ਨਾ ਸੀ ਉਹਨਾਂ ਨੇ 1 ਮਿੰਟ 1 ਮਿੰਟ ਦੇ ਵਿੱਚ 79 ਨਕਲ ਪੁਸ਼ਅਪ ਲਾਏ ਸੀ ਤੇ ਉਹਨਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਉਹਨਾਂ ਦੀ ਮਤਲਬ ਕਿ ਵੀਡੀਓ ਨੂੰ ਦੇਖਦੇ ਹੋਏ ਮੈਂ ਉਹ ਰਿਕਾਰਡ ਬ੍ਰੇਕ ਕੀਤਾ ਤੇ 1 ਮਿੰਟ ਵਿੱਚ 118 ਨਕਲ ਪੁਸ਼ਅਪ ਲਾਏ ਤੇ ਜਿਹੜਾ ਦੂਜਾ ਰਿਕਾਰਡ ਮੈਂ ਕ੍ਰੀਏਟ ਕੀਤਾ ਵਾ ਉਹ ਮੈਂ ਆਪਣੇ ਦਮ ਤੇ ਕ੍ਰੀਏਟ ਕੀਤਾ ਵਾ ਪਹਿਲਾਂ ਕਿਸੇ ਦਾ ਰਿਕਾਰਡ ਨਹੀਂ ਸੀ ਤੇ ਉਹ 30 ਸਕਿੰਟਾਂ ਦੇ 35 ਸੁਪਰਮੈਨ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਰਿਕਾਰਡ ਹੈ ਮੇਰਾ ਦੂਜਾ ਉਹ ਹਲੇ ਤੱਕ ਕਿਸ ਨੇ ਬ੍ਰੇਕ ਨਹੀਂ ਕੀਤਾ ਤੁਹਾਡੀ ਜੇ ਗੱਲ ਕੀਤੀ ਜਾਏ ਫਾਈਨੈਂਸ਼ੀਅਲ ਪੋਜੀਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਤੋਂ ਤਾਂ ਤੁਸੀਂ ਬਿਲਕੁਲ ਠੀਕ ਹੋ ਪਰ ਅਸੀਂ ਵੇਖਿਆ ਕਿ ਤੁਹਾਡੇ ਕੋ ਜਿਹੜੇ ਜਿੰਨੇ ਵੀ ਆਪਣੇ ਇਕਵਿਪਮੈਂਟ ਨੇ ਜਿੰਨੇ ਵੀ ਤੁਹਾਡੇ ਜਿਹੜੇ ਵੇਟ ਮਾਰਨ ਵਾਸਤੇ ਹੈਗੇ ਨੇ ਇਹ ਮਤਲਬ ਕਿ ਕੋਈ ਵੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਮਤਲਬ ਕਿ ਮਸ਼ੀਨੀ ਜੋਗਣਾ ਬਣਿਆ ਹੋਇਆ ਜਾਂ ਕਿਸੇ ਤੁਸੀਂ ਸਾਰੇ ਹੀ ਦੇਸੀ ਜੋਗਣਾ ਬਣਾਏ ਕੀ ਇਹਦੇ ਚ ਹੈਗਾ ਜੇ ਆਪਾਂ ਕੁਝ ਡਿਫਰੈਂਟ ਕਰਨਾ ਚਾਹੁੰਨੇ ਆ ਆਪਣੇ ਆਸਤੇ ਜਾਂ ਆਪਣੇ ਯੂਥ ਆਸਤੇ ਤਾਂ ਸਾਨੂੰ ਲਾਈਨ ਵੀ ਡਿਫਰੈਂਟ ਚੁਣੀ ਪਵੇਗੀ ਮੈਂ ਚਾਹੁੰਦਾ ਤਾਂ ਮਿਹਨਤ ਕਰ ਸਕਦਾ ਸੀ ਜਿਮ ਜਾ ਕੇ ਪਰ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਵਾਂ ਕਿ ਜੇ ਤੁਹਾਡੇ ਵਿੱਚ ਕੁਝ ਕਰਨ ਦੀ ਚਾਹਤ ਹੈਗੀ ਆ ਤਾਂ ਤੁਸੀਂ ਇਹ ਨਹੀਂ ਸੋਚਣਾ ਕਿ ਮੈਂ ਪਹਿਲਾਂ ਐਡਵਾਂਟੇਜਡ ਮੇਰੇ ਕੋਲ ਸਾਰਾ ਕੁਝ ਮਿਲਣ ਗਿਆ ਜਿਵੇਂ ਐਗਜ਼ਾਮਪਲ ਮੰਨ ਲਓ ਤੁਹਾਨੂੰ ਜਿਮ ਚਾਹੀਦੀ ਆ ਫੇਰ ਹੀ ਤੁਸੀਂ ਮਿਹਨਤ ਲਾਓਗੇ ਐਨੀ ਕੋਈ ਗੱਲ ਨਹੀਂ ਹੈ ਜੇ ਤੁਹਾਡੇ ਵਿੱਚ ਕੁਝ ਕਰਨ ਦੀ ਚਾਹਤ ਆ ਤਾਂ ਤੁਸੀਂ ਆਪਣੇ ਘਰ ਵੀ ਮਿਹਨਤ ਕਰ ਸਕਦੇ ਹੋ ਜੇ ਤੁਹਾਡਾ ਜੇ ਤੁਹਾਡਾ ਕੋਈ ਸੁਪਨਾ ਵਾ ਤੁਹਾਡਾ ਕੋਈ ਗੋਲ ਅਚੀਵ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਤਾਂ ਤੁਸੀਂ ਕਿਤੇ ਵੀ ਰਹਿ ਕੇ ਕਰ ਸਕਦੇ ਹੋ ਆਪਣਾ ਗੋਲ ਅਚੀਵ ਕਿਸੇ ਦੀ ਤੁਹਾਨੂੰ ਹੈਲਪ ਦੀ ਜ਼ਰੂਰਤ ਨਹੀਂ ਹੈ ਕਿਸੇ ਦੀ ਤੁਹਾਨੂੰ ਸਪੋਰਟ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪ ਆਪਣੇ ਬਲਬੂਤੇ ਤੇ ਉੱਠ ਸਕ ਤਾਨੂੰ ਆਪਣਾ ਹੀਰੋ ਆਪਣੇ ਅੰਦਰ ਨਜ਼ਰ ਆਏਗਾ ਜੇ ਤੁਸੀਂ ਕੁਝ ਅਚੀਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਖੁਦ ਹੀ ਜੇ ਪਰਿਵਾਰ ਪੱਖੋਂ ਗੱਲ ਕੀਤੀ ਜਾਏ ਪਰਿਵਾਰ ਤੁਹਾਡੇ ਇਹਦੇ ਜੋ ਕੋਈ ਹੈਲਪ ਕਰਦਾ ਵਾ ਤੁਹਾਨੂੰ ਕਿ ਜਾਂ ਮੋਟੀਵੇਟ ਕਰਦਾ ਵਾ ਹਾਂਜੀ ਤੁਸੀਂ ਇਸ ਤਰ੍ਹਾਂ ਹੀ ਕਰੋ ਹਾਂਜੀ ਪਰਿਵਾਰ ਮੇਰਾ ਪੂਰਾ ਸਪੋਰਟ ਕਰ ਰਿਹਾ ਮੈਨੂੰ ਕਿਉਂਕਿ ਮੈਂ ਕਿਸੇ ਮਾੜੇ ਕੰਮ ਵਾਲੇ ਵਸੇ ਨਹੀਂ ਲੱਗ ਰਿਹਾ ਵਧੀਆ ਕੰਮ ਕਰ ਰਿਹਾ ਵਾਂ ਆਪਣੀ ਮਿਹਨਤ ਮਤਲਬ ਕੀ ਕਰ ਰਿਹਾ ਆਪਣਾ ਸਟਰਗਲ ਕਰ ਰਿਹਾ ਵਾਂ ਕਿਸੇ ਮਾੜੇ ਕੰਮ ਨਹੀਂ ਮਾੜੇ ਕੰਮ ਦੀ ਮਤਲਬ ਕੀ ਕਿਸੇ ਨੂੰ ਮਤਲਬ ਕੀ ਪ੍ਰੋਫਿਟ ਨਹੀਂ ਕਰ ਰਿਹਾ ਆਪਣੀ ਲਾਈਫ ਵਿੱਚ ਜਾਂ ਕੋਈ ਹੰਗਾਰਾ ਨਹੀਂ ਪਰ ਰਿਹਾ ਮਾ ਜੋ ਕਰ ਰਿਹਾ ਸਹੀ ਕਰ ਰਿਹਾ ਵਾਂ ਤੇ ਆਪਣੀ ਫੈਮਿਲੀ ਦਾ ਸਾਰਾ ਮਤਲਬ ਕੀ ਮੈਂ ਸਪੋਰਟ ਉਹਨਾਂ ਦੀ ਜਿਹੜੀ ਸਪੋਰਟ ਕਰ ਰਿਹਾ ਮੈਨੂੰ ਉਹਦਾ ਧੰਨਵਾਦ ਹੀ ਆ ਹਲੇ ਤੱਕ ਵੀ ਮੈਂ ਪਰ ਧੰਨਵਾਦ ਦੇ ਨਾਲ ਨਾਲ ਤੁਸੀਂ ਆਪਣੇ ਬਾਪ ਦਾ ਸੁਪਨਾ ਵੀ ਇੱਕ ਤੋੜਿਆ ਨਾ ਉਹਨਾਂ ਨੂੰ ਚਾਹ ਸੀ ਕਿ ਮੇਰਾ ਬੇਟਾ ਐਨਡੀਏ ਦਾ ਟੈਸਟ ਡੇਅ ਕਰੇ ਤੇ ਕਿਤੇ ਆਰਮੀ ਚ ਜੁਆਇਨਿੰਗ ਹੋਏ ਜੇ ਮੈਂ ਆਪਣੇ ਪਾਪਾ ਦਾ ਸੁਪਨਾ ਜਿਹੜਾ ਉਹ ਨਹੀਂ ਪੂਰਾ ਕਰ ਸਕਿਆ ਤਾਂ ਜੇ ਮੈਂ ਆਪਣਾ ਸੁਪਨਾ ਜੀ ਪੂਰਾ ਕਰ ਰਿਹਾ ਵਾਂ ਤੇ ਉਸ ਉਸ ਤੋਂ ਲੈਵਲ ਤੋਂ ਆਪ ਹੀ ਕਰੂੰਗਾ ਉਸ ਲੈਵਲ ਤੋਂ ਆਪ ਹੀ ਕਰੂੰਗਾ ਮੈਂ ਨੇ ਹੋਰ ਹੁਣ ਪਰਿਵਾਰ ਵੱਲੋਂ ਪਰਿਵਾਰ ਪੱਖੋਂ ਕੀ ਤੁਸੀਂ ਆਪਣੇ ਵਾਸਤੇ ਰੱਖਦੇ ਹੋ ਕਿ ਹਾਂ ਜੀ ਮੇਰਾ ਪਰਿਵਾਰ ਕਿੱਥੋਂ ਤੱਕ ਮੇਰਾ ਸਾਥ ਦੇਗਾ ਕਿਉਂਕਿ ਪਵਾਦਰ ਸਾਹਿਬ ਦਾ ਇੱਕ ਸੁਪਨਾ ਟੁੱਟਾ ਵਾ ਐਨਡੀਏ ਦਾ ਉਹ ਕੀ ਕਿੱਥੋਂ ਤੱਕ ਰੱਖਦੇ ਹੋ ਤੁਸੀਂ ਅ ਜਿਹੜੀ ਸਪੋਰਟ ਦੀ ਗੱਲ ਆ ਉਹ ਮੈਂ ਹੱਲੇ ਵੀ ਕਹੂੰਗਾ ਕਿ ਫੈਮਿਲੀ ਮੈਨੂੰ ਸਪੋਰਟ ਕਰ ਰਹੀ ਹੈ ਬਾਕੀ ਰਹੀ ਗੱਲ ਮਤਲਬ ਕਿ ਬਾਕੀ ਮੇਰੇ ਸੁਪਨੇ ਦੀ ਮੈਂ ਹੱਲੇ ਤੱਕ ਬੜੀਆਂ ਡਿਫਿਕਲਟੀਆਂ ਨਹੀਂ ਫੇਸ ਕਰ ਚੁੱਕਿਆ ਤੇ ਕਈ ਡਿਫਿਕਲਟੀਆਂ ਇਹੋ ਜਿਹਿਆਂ ਦੀ ਜਿਹੜੀਆਂ ਮੈਂ ਆਪਣੇ ਘਰੇ ਦੱਸੀਆਂ ਨਹੀਂ ਕਿ ਮੈਂ ਇਹੋ ਜਿਹਿਆਂ ਦੀਆਂ ਫੇਸ ਵੀ ਕੀਤੀਆਂ ਵਾ ਤਾਂ ਮੈਨੂੰ ਲੱਗਦਾ ਕਿ ਜੇ ਮੈਂ ਉਹ ਡਾਟੀਫਾਈਕੈਂਟੀਆਂ ਫੇਸ ਕਰ ਸਕਦਾ ਵਾਂ ਤਾਂ ਮੈਨੂੰ ਲੱਗਦਾ ਕਿ ਮੈਂ ਆਪਣਾ ਗੋਲ ਜਿਹੜਾ ਅਚੀਵ ਕਰੂੰਗਾ ਤੇ ਆਪਣੇ ਘਰਦਿਆਂ ਨੂੰ ਪੂਰਾ ਪ੍ਰਾਊਡ ਫੀਲ ਕਰਾਉਂਗਾ ਆਪਣੇ ਆਪ ਤੇ ਜਿੱਸਾ ਹੁਣ ਗੱਲ ਕੀਤੀ ਜਾਏ ਲੋਕ ਅੱਜਕੱਲ ਨੌਜਵਾਨ ਜਿਸ ਤਾਂ ਕਿ ਮਤਲਬ ਕਿ ਦੇਸੀ ਆਪਣੇ ਸੌਰੀ ਇੰਗਲਿਸ਼ ਦੇ ਕਾਰਨ ਇਹ ਜਿਹੜਾ ਬਾਕਸ ਵਗੈਰਾ ਖਾ ਲੈਂਦੇ ਆ ਆਪਣੇ ਫਿੱਟੂ ਕਰਨ ਵਾਸਤੇ ਸਰੀਰ ਨੂੰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਯੂਜ਼ ਕਰਦੇ ਹੋ ਕਿ ਨਹੀਂ ਮੈਂ ਕਹੂੰਗਾ ਜਿੱਦਾਂ ਆਪਣੇ अर्ਲੀ ਟਾਈਮ ਸੀ ਆਪਣੇ अर्ਲੀ ਟਾਈਮ 'ਚ ਕਈ ਪਹਿਲਵਾਨ ਹੋਏ ਨੇ ਕਈ ਮੰਨੇ ਪੰਨੇ ਪਹਿਲਵਾਨ ਹੋਏ ਨੇ ਤਾਂ ਬੋਡੀ ਡਾਈਟ ਯੂਜ਼ ਕਰਦੇ ਸਿਰਫ ਘਰ ਦੀ ਡਾਈਟ ਯੂਜ਼ ਕਰਦੇ ਵਾਧਵਾ ਦੁੱਧ ਹੋ ਗਿਆ ਦਹੀਂ ਹੋ ਗਿਆ ਮੱਖਣ ਹੋ ਗਿਆ ਲੱਸੀ ਹੋ ਗਿਆ ਤਾਂ ਜੇ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀ ਤੇ ਆਪਾਂ ਅੱਜ ਕਿਉਂ ਇਨੇ ਮੋਡਰਨ ਹੋ ਗਏ ਆ ਕਿ ਸਟੀਰੋਇਡ ਤੋਂ ਬਿਨਾ ਪ੍ਰੋਡਕਟਸ ਤੋਂ ਬਿਨਾ ਸਪਲੀਮੈਂਟਸ ਤੋਂ ਬਿਨਾ ਆਪਾਂ ਬੋਡੀ ਨਹੀਂ ਬਣਾ ਸਕਦੇ ਕਿਉਂ ਨਹੀਂ ਬਣਾ ਸਕਦੇ ਆਪਾਂ ਬਣਾ ਸਕਦੇ ਆ ਜੇ ਆਪਣੇ ਮਨ ਚ ਕੁਝ ਕਰਨ ਦਾ ਮਤਲਬ ਕਿ ਆਪਣੇ ਮਨ ਚ ਜਜ਼ਬਾ ਵਾ ਕੇ ਆਪਾਂ ਕਰਾਂਗੇ ਤਾਂ ਤੁਸੀਂ ਮਤਲਬ ਕਿ ਇੱਕ ਰੋਟੀ ਤੋਂ ਵੀ ਆਪਣੀ ਵਧੀਆ ਤਰੀਕੇ ਨਾਲ ਬੋਡੀ ਬਣਾ ਸਕਦੇ ਹੋ ਕੱਲੀ ਰੋਟੀ ਤੋਂ ਨੌਜਵਾਨਾਂ ਨੂੰ ਕੀ ਕਹਿੰਦੇ ਹੋ ਕੀ ਅਪੀਲ ਕਰਦੇ ਹੋ ਨੌਜਵਾਨ ਪੀੜੀ ਨੂੰ ਮੈਂ ਨੌਜਵਾਨਾਂ ਨੂੰ ਕੀ ਕਿਸੇ ਦੇ ਸਿਰ ਤੇ ਨਾ ਬੈਠੇ ਰਹੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਆਪਣੇ ਆਪ ਨੂੰ ਦੇਖੋ ਆਪਣੇ ਆਪ ਚ ਸੋਚੋ ਕਿ ਮੈਂ ਉਹ ਚੀਜ਼ ਕਰਨੀ ਆ ਬਿਕੋਜ਼ ਕਿਉਂਕਿ ਇਫ ਯੂ ਕੈਨ ਥਿੰਕ ਸਮਥਿੰਗ ਦੈਨ ਯੂ ਕੈਨ ਅਚੀਵ ਸਮਥਿੰਗ ਨੈਵਰ ਗਿਵ ਅਪ ਕਦੀ ਵੀ ਗਿਵ ਅਪ ਨਾ ਕਰੋ ਆਪਣੀ ਲਾਈਫ ਚ ਹਮੇਸ਼ਾ ਅੱਗੇ ਵਧਦੇ ਰਹੋ ਸਟਰਗਲ ਕਰੋ ਕਿਉਂਕਿ ਸਟਰਗਲ ਜਿਹੜਾ ਵਾ ਤੁਹਾਨੂੰ ਸਟਰੋਂਗ ਬਣਾਉਂਦਾ ਵਾ ਪੂਰਾ ਤੇ ਆਪਣਾ ਦਿਲ ਆ ਜੜਾ ਪੱਥਰ ਦਾ ਦਿਲ ਬਣਾ ਲਓ ਤੇ ਮਿਹਨਤ ਕਰਦੇ ਰਹੋ ਤੇ ਆਪਣੇ ਸੁਪਨਿਆਂ ਨੂੰ ਅਚੀਵ ਕਰਨ ਚ ਹਰ ਇੱਕ ਹੱਦ ਪਾਰ ਕਰੋ ਕਿਉਂਕਿ ਸਭ ਤੋਂ ਪਹਿਲਾਂ ਹਾਰਡ ਵਰਕ ਹੀ ਹੈ ਜਿਹਨੂੰ ਤੁਸੀਂ ਕਰੋਗੇ ਮਤਲਬ ਕਿ ਮਿਹਨਤ ਡੇਲੀ ਕਰੋਗੇ ਫੇਰ ਹੀ ਤੁਸੀਂ ਆਪਣੇ ਅਗਲੇ ਸਟੈਪ ਤੇ ਜਾਓਗੇ ਬਾਕੀ ਆਪਣੇ ਆਪ ਤੇ ਭਰੋਸਾ ਰੱਖੋ ਕਿਸੇ ਮਤਲਬ ਕਿ ਕਿਸੇ ਦੀਆਂ ਗੱਲਾਂ ਜਾ ਕੇ ਆਪਣੇ ਗੋਲ ਨੂੰ ਗੋਲ ਦੇ ਰਸਤੇ ਤੇ ਨਹੀਂ ਮੁਰਕੇ ਨਾ ਉਥੋਂ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਤੁਸੀਂ ਕਰੋਗੇ ਇਨਾ ਕੁਝ ਕਰਨ ਦੇ ਬਾਵਜੂਦ ਇਨਾ ਕੁਝ ਇਨੀਆਂ ਲਾਈਨਾਂ ਨਿਕਲਦੀਆਂ ਮੈਂ ਪੜ੍ਹਾਈ ਤੋਂ ਬਾਅਦ ਜਿਵੇਂ ਅਸੀਂ ਪਲੱਸ 2 ਕਰ ਲੈਣ ਜਾਂ 10th ਕਰ ਲੈਣੇ ਆ ਪਰ ਤੁਸੀਂ ਬੀਪੀਐਡ ਹੀ ਕਿਉਂ ਚੁਣਿਆ ਡਿਗਰੀ ਕਰਨ ਵਾਸਤੇ ਬੀਪੀਐਡ ਇਹ ਮਤਲਬ ਕੀ ਹੈ ਦਾ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਫਿਜ਼ੀਕਲ ਐਜੂਕੇਸ਼ਨ ਵਿੱਚ ਕਿਉਂਕਿ ਜਿਹਦੇ ਨਾਲ ਮੈਂ ਆਪਣਾ ਜਿਹੜਾ ਗੋਲ ਹੈ ਜਿਹੜਾ ਮੇਰਾ ਉਹਨੂੰ ਮੈਂ ਕੰਟੀਨਿਊ ਕੰਟੀਨਿਊ ਰੱਖ ਸਕਦਾ ਜੇ ਮੈਂ ਕੁਝ ਹੋਰ ਸਟੱਡੀ ਚੁਣ ਲੈਂਦਾ ਤਾਂ ਮਤਲਬ ਕਿ ਮੈਨੂੰ ਸਟੱਡੀ ਨਾਲ ਜ਼ਿਆਦਾ ਕਨਸੈਂਟਰੇਟ ਕਰਨਾ ਪੈਣਾ ਸੀ ਤੇ ਇਸ ਤਰੀਕੇ ਨਾਲ ਇਹ ਹੁੰਦਾ ਕਿ ਦੋਨੋਂ ਬੈਲੈਂਸ ਹੋ ਜਾਂਦੇ ਚੀਜ਼ਾਂ ਇਹਦੇ ਇਸ ਤਰੀਕੇ ਨਾਲ ਫਿਰ ਮੈਂ ਆਪਣੀ ਜਿਹੜੀ ਜਿਹੜਾ ਮੇਰਾ ਗੋਲ ਆ ਉਹਦੇ 'ਤੇ ਜ਼ਿਆਦਾ ਧਿਆਨ ਜਿਹੜਾ ਮੈਂ ਦੇ ਸਕਦਾ ਫਿਰ ਬਿਲਕੁਲ ਜੀ ਅਮਰਿਤਵੀਰ ਸਿੰਘ ਜਿਨ੍ਹਾਂ ਨੇ ਇੱਕ ਆਪਣਾ ਰਿਕਾਰਡ ਵਾਸਤੇ ਕਰਮਵੀਰ ਰਿਕਾਰਡ ਵਾਸਤੇ ਪੰਜਾਬ ਦਾ ਪਹਿਲਾ ਨੌਜਵਾਨ ਹੋਏਗਾ ਜਿਸ ਨੇ ਉਸ ਵਾਸਤੇ ਆਪਣਾ ਰਿਕਾਰਡ ਦਰਜ ਕਰਵਾਉਣ ਵਾਸਤੇ ਵੀ ਉਹ ਕੋਸ਼ਿਸ਼ ਕਰਨਗੇ ਸੰਘਰਸ਼ ਕਰਨਗੇ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕਰਦੇ ਆ ਜਿਨ੍ਹਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਐਨਡੀਏ ਦਾ ਟੈਸਟ ਕਲੀਅਰ ਕਰੇ ਅਤੇ ਉਹ ਆਰਮੀ ਜਿਸ ਦਿਨ ਐਨਡੀਏ ਦਾ ਟੈਸਟ ਜੀ ਉਸ ਦਿਨ ਕੀ ਪਾਣਾ ਵਰਤਿਆ ਇਸ ਪਰਿਵਾਰ ਨਾਲ ਇਸ ਫਾਦਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸੋ ਸ਼ਿਕਾ ਕੀ ਨਾਮ ਜੀ ਨਿਸ਼ਾਨ ਸਿੰਘ ਜੀ ਹਾਂਜੀ ਕੀ ਤੁਹਾਡਾ ਸੁਪਨਾ ਕੀ ਸੀ ਕਿ ਮੇਰਾ ਬੇਟਾ ਕੀ ਕਰੇ ਮੇਰਾ ਸੁਪਨਾ ਇਹ ਹੀ ਕਿ ਇਹ ਐਨਡੀਏ ਦਾ ਟੈਸਟ ਪਾਸ ਕਰਕੇ ਤੇ ਆਪਣੇ ਦੇਸ਼ ਦੀ ਫੌਜ ਦੇ ਵਿੱਚ ਨੌਕਰੀ ਕਰਕੇ ਸੇਵਾ ਕਰੇ ਜੀ ਪਰ ਉਹ ਤੁਹਾਡਾ ਸੁਪਨਾ ਦੇ ਤੋੜਤਾ ਪਰ ਅੱਜ ਅੱਜ ਤੁਹਾਨੂੰ ਕਿਤੇ ਨਾ ਕਿਤੇ ਖੁਸ਼ੀ ਤੇ ਹੈ ਨਾ ਇਸ ਬਾਲ ਦੇ ਜਿੰਨੀਆਂ ਉਪਲਬਧੀਆਂ ਬੇਟੇ ਨੇ ਪ੍ਰਾਪਤ ਕੀਤੀਆਂ ਬਿਲਕੁਲ ਜੀ ਅੱਜ ਵੀ ਬਹੁਤ ਖੁਸ਼ੀ ਹੈ ਕਿ ਇਹ ਦੇਸ਼ ਦੀ ਸੇਵਾ ਕਰ ਰਿਹਾ ਤੇ ਹੋਰ ਉਮੀਦਾਂ ਨੇ ਕਿ ਵੱਡੀ ਪਦਰ ਤੇ ਸੇਵਾ ਕਰੇਗਾ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਪਈ ਆ ਔਰ ਗਾਮ ਹੋਏਗੀ ਜੀ ਪਰ ਜਿਹੜਾ ਤੁਹਾਡਾ ਸੁਪਨਾ ਟੁੱਟਾ ਉਸ ਨੂੰ ਤਾਂ ਭੁੱਲ ਗਏ ਹੋਵੋਗੇ ਹੁਣ ਬੜੀ ਪਿੱਛੇ ਰਹਿ ਗਿਆ ਉਹ ਸੁਪਨਾ ਤੇ ਤੁਹਾਡਾ ਜੀ ਬਿਲਕੁਲ ਜੀ ਬਿਲਕੁਲ ਜੀ ਸੁਪਨੇ ਦਾ ਜਿਹੜਾ ਟੁੱਟਾ ਸੀ ਉਹਦਾ ਦੁੱਖ ਤੇ ਨਹੀਂ ਹੈਗਾ ਫਾਦਰ ਸਾਹਿਬ ਪਰ ਅੱਜ ਖੁਸ਼ੀ ਹੈਗੀ ਆ ਉਹਨਾਂ ਦੀ ਦਾਦੀ ਵੀ ਨਾਲ ਨੇ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਪਹਿਲਾਂ ਦੱਸਿਆ ਸੀ ਕਿ ਇਦਾਂ ਦੀਆਂ ਟਰੋਫੀਆਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਸਕਰੀਨ ਤੇ ਫਿਰ ਦਿਖਾ ਦਿੰਨੇ ਆ ਕਿ ਜਿਸ ਤਰ੍ਹਾਂ ਦੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਉਸ ਲੜਕੇ ਨੇ ਨੌਜਵਾਨ ਨੇ ਅਮਰਤਬੀਰ ਨੇ ਉਹਦੇ ਮੈਂ ਦਾਦੀ ਜੀ ਦਾ ਕਹਿਣਾ ਵਾ ਕਿ ਇਸ ਤਰ੍ਹਾਂ ਦੀਆਂ ਟਰੋਫੀਆਂ ਤੇ ਕਹੀਂ ਆਈਆਂ ਸੀ ਪਰ ਅਸੀਂ ਨਾਲ-ਨਾਲ ਲੋਕਾਂ ਨੂੰ ਦਿੰਦੇ ਰਹੇ ਆ ਨੌਜਵਾਨਾਂ ਨੂੰ ਦਿੰਦੇ ਰਹੇ ਆ ਅੱਜ ਦਾਦੀ ਵੀ ਖੁਸ਼ ਆ ਗੱਲ ਕਰਦੇ ਆ ਦਾਦੀ ਹੁਣਾਂ ਨਾ ਕੀ ਕਹਿੰਦੇ ਸਸ਼ਕਾਂ ਅੰਟੀ ਮਾਤਾ ਜੀ ਇਹ ਕਿੰਨੀਆਂ ਕਟ੍ਰੋਫੀਆਂ ਬੇਟੇ ਨੇ ਤੁਹਾਡੇ ਪੁੱਤਰੇ ਨੇ ਲੈ ਕੇ ਆਇਆ ਸੀ ਇਹ ਦੂ ਦੂਨੀਆਂ ਲੈ ਕੇ ਆਇਆ ਸੀ ਤੇ ਸੀ ਨਾ ਵੀ ਲੋਕਾਂ ਨੂੰ ਦੇ ਛੱਡੀਆਂ ਕਿਉਂ ਦਿੱਤੀਆਂ ਤੁਸੀਂ ਉਹ ਯਾਦ ਆਦੀ ਕਿੰਨੀਆਂ ਜਾਦਾਂ ਜੁੜੀਆਂ ਕਿੱਥੋਂ ਲੈ ਕੇ ਸੰਘਰਸ਼ ਕਰਦਾ ਆਇਆ ਤੇ ਕਿੰਨੀਆਂ ਲੈ ਕੇ ਆਇਆ ਤੇ ਤੁਸੀਂ ਵੰਡਤੀਆਂ ਮੈਂ ਕਿਹਾ ਵੀ ਇਹਨੂੰ ਮਿਹਨਤ ਦਾ ਫਲ ਤੇ ਮਿਲਦਾ ਨਹੀਂ ਆ ਤੇ ਹੁਣ ਫਿਰ ਚਲੋ ਇੰਨੀਆਂ ਇੰਨੀਆਂ ਕੀ ਕਰਨੀਆਂ ਨੇ ਲੋਕਾਂ ਨੂੰ ਦੋ ਵਾਰੀ ਨਾਮ ਰਿਕਾਰਡ ਕਰਤਾ ਮਿਹਨਤ ਦਾ ਫਲ ਆ ਤਾਂ ਹੀ ਨਾਮ ਰਿਕਾਰਡ ਕੀਤਾ ਲੋਕ ਕਿਸ ਤਰ੍ਹਾਂ ਨੌਜਵਾਨ ਨਸ਼ਿਆਂ ਦੇ ਦਲਦਲ 'ਚ ਫਸੇ ਨੇ ਪਰ ਕਿੰਨਾ ਵਧੀਆ ਆਪਣੇ ਪਿੰਡ ਨੂੰ ਪੂਰੇ ਜ਼ਿਲ੍ਹੇ ਨੂੰ ਇੱਕ ਪ੍ਰੇਰਿਤ ਕਰ ਰਿਹਾ ਕਿੱਡੀ ਵਧੀਆ ਇੱਕ ਲਾਈਨ ਚੁਣ ਕੇ ਤੇ ਨੌਜਵਾਨਾਂ ਨੂੰ ਕਹਿ ਰਿਹਾ ਪ੍ਰੇਰਿਤ ਕਰ ਰਿਹਾ ਵਾ ਇੱਕ ਮਿਸਾਲ ਕਾਇਮ ਕੀਤੀ ਹੈ ਉਸਨੇ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਲਈ ਤੇ ਹੁਣ ਇਹ ਆਸ ਰੱਖਨੇ ਆ ਪਿੰਨ ਸਪੋਰਟਸ ਵਿੱਚ ਪੀਕੋਟੇ ਦੇ ਵਿੱਚ ਜਰੂਰ ਇਹ ਨੌਕਰੀ ਮਿਲਣੀ ਚਾਹੀਦੀ ਆ ਵੀ ਜਿੰਨੀ ਮਿਹਨਤ ਇਹਨੇ ਕੀਤੀ ਆ ਇਹਨੂੰ ਫਲ ਮਿਲਣਾ ਜਰੂਰ ਚਾਹੀਦਾ ਆ ਛੋਟੀ ਉਮਰੇ ਬਹੁਤ ਮਿਹਨਤ ਕਰਦਾ ਰਿਹਾ ਹਾਂ ਮੇਰੇ ਕੋਈ ਦਾਦੀ ਜੀ ਦਾ ਵੀ ਪਰਿਵਾਰ ਦਾ ਵੀ ਸਾਰਿਆਂ ਦਾ ਸੁਪਨਾ ਵਾ ਕਿ ਇਹਨਾਂ ਨੂੰ ਇੱਕ ਛੋਟੀ ਉਮਰੇ ਜਿੰਨੀਆਂ ਕਿ ਉਪਲਬਧੀਆਂ ਕਰ ਲਈਆਂ ਵਾ ਇਹਨਾਂ ਨੂੰ ਕੋਈ ਨਾ ਕੋਈ ਸਰਕਾਰ ਵੱਲੋਂ ਕੋਈ ਮੁੜਲੀ ਸਹਾਇਤਾ ਕੋਈ ਜੋਬ ਵਗੈਰਾ ਮਿਲਣੀ ਚਾਹੀਦੀ ਆ ਸਪੋਰਟਸ ਕੋਟੇ ਦੇ ਚਾਚਾ ਜੀ ਨਾਲ ਨੇ ਇਹਨਾਂ ਦੇ ਇਸ ਲੜਕੇ ਦੇ ਉਹ ਅਮਰਤਬੀਰ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਚਾਚੇ ਇੱਕ ਹੁੰਦੇ ਯਾਰਾਂ ਦੇ ਬਰਾਬਰ ਚਾਚੇ ਯਾਰਾਂ ਦੇ ਬਰਾਬਰ ਹੁੰਦੇ ਆ ਮਤਲਬ ਚਾਚੇ ਇੱਕ ਬਾਪ ਨਾਲ ਉਹ ਗੱਲ ਨਹੀਂ ਹੁੰਦੀ ਜਿਹੜੀ ਚਾਚੇ ਨਾਲ ਬੰਦਾ ਖੁੱਲ ਕੇ ਕਰ ਲੈਂਦਾ ਤੁਹਾਡੇ ਤੁਹਾਡਾ ਕਿੰਨਾ ਕ ਯੋਗਦਾਨ ਰਿਹਾ ਵਿੱਚ ਇਹ ਜਿਵੇਂ ਤੁਸੀਂ ਕਹਿਣਾ ਕਿ ਯਾਰਾਂ ਵਾਲੀ ਸਪੋਰਟ ਆ ਚਾਚੇ ਵਾਲੀ ਸਪੋਰਟ ਨਹੀਂ ਯਾਰਾਂ ਵਾਲੀ ਸਪੋਰਟ ਆ ਉਹ ਸਾਰੀ ਗੱਲ ਜੋ ਵੀ ਹੈ ਉਹ ਮੇਰੇ ਨਾਲ ਸ਼ੇਅਰ ਕਰਦਾ ਉਹਨੇ ਆਪਣੇ ਪਾਪਾ ਨਾਲ ਕਦੀ ਗੱਲ ਨਹੀਂ ਕੀਤੀ ਜੋ ਵੀ ਉਹਨੇ ਲੈਣਾ ਜੋ ਉਹਨੇ ਖਾਣਾ ਉਹਦਾ ਮੈਂ ਹੀ ਧਿਆਨ ਰੱਖਦਾ। ਬਾਕੀ ਉਹਦੇ ਪਾਪਾ ਮੰਮਾ ਵੀ ਧਿਆਨ ਰੱਖਦੇ ਨੇ ਪਰ ਉਹ ਜ਼ਿਆਦਾਤਰ ਮੇਰੇ ਨਾਲ ਹੀ ਜ਼ਿਆਦਾ ਕਰਦਾ। ਜੇ ਉਹਦੀ ਪਿਛਲੀ ਇੰਟਰਵਿਊ ਚ ਵੀ ਕਿਹਾ ਜਾਏ ਤਾਂ ਉਹ ਇਹੀ ਗੱਲ ਕਹਿੰਦਾ ਕਿ ਮੇਰੇ ਚਾਚੇ ਦੀ ਸਪੋਰਟ ਹੈ। ਕਿਉਂਕਿ ਚਾਚੇ ਚਾਚੇ ਜਿਹੜੇ ਹੁੰਦੇ ਆ ਯਾਰਾਂ ਦਾ ਦਰਜਾ ਦਿੱਤਾ ਜਾਂਦਾ ਕਿ ਜਦੋਂ ਬੱਚਾ ਵੱਡਾ ਹੋ ਜਾਂਦਾ ਵਾ ਬਾਪਨਾ ਉਹ ਗੱਲ ਨਹੀਂ ਹੁੰਦੀ ਜਿਹੜੀ ਚਾਚੇ ਨਾਲ ਕਰ ਲੈਂਦਾ। ਨਹੀਂ ਇਹ ਮੈਂ ਪਹਿਲਾਂ ਵੀ ਕਹਿ ਦਿੱਤਾ ਕਿ ਜੋ ਵੀ ਉਹਨੇ ਆਪਣੀ ਗੱਲ ਲੈਣਾ ਆਪਣੇ ਪਾਪਾ ਮੰਮਾ ਨਾਲ ਨਹੀਂ ਕਰਨੀ। ਉਹਨੇ ਮੇਰੇ ਨਾਲ ਸ਼ੇਅਰ ਕਰਨੀ ਹੈ। ਉਹਨੇ ਕਿਹਾ ਚਾਚਾ ਐ ਉੱਥੇ ਜਾਣਾ ਮੈਂ ਕਹਿੰਦਾ ਚੱਲ ਮੈਂ ਚੱਲਦਾ ਤੇਰੇ ਨਾਲ ਆਪਣੇ ਪਾਪਾ ਨੂੰ ਨਾਲ ਨਹੀਂ ਖੜਦਾ ਜੇ ਕੋਈ ਵੀ ਕੰਪੀਟੀਸ਼ਨ ਹੁੰਦਾ ਕਿਤੇ ਉਹਨੂੰ ਬੁਲਾਇਆ ਜਾਂਦਾ ਮਹਿਮਾਨ ਉਹ ਮੈਂ ਜਾਂਦਾ ਉਹਦੇ ਨਾਲ ਬਾਕੀ ਸਾਰੀ ਗੱਲ ਮੇਰੇ ਨਾਲ ਸ਼ੇਅਰ ਕਰਦਾ ਬੜਾ ਫਕਰ ਹੁੰਦਾ ਜਦੋਂ ਕਿਤੇ ਖੜਦਾ ਕਹਿੰਦਾ ਮੇਰਾ ਚਾਚਾ ਫਿਰ ਥੋੜਾ ਹਾਂਜੀ ਚੌੜਾ ਹੋ ਜਾਂਦਾ ਬਿਲਕੁਲ ਫਕਰ ਹੁੰਦਾ ਵਾ ਜਦੋਂ ਪਰਿਵਾਰ ਦੇ ਵਿੱਚ ਕੋਈ ਮੈਂਬਰ ਇਸ ਤਰ੍ਹਾਂ ਦਾ ਕੋਈ ਪਰਿਵਾਰ ਚੋਂ ਬੱਚਾ ਕੋਈ ਇਸ ਤਰ੍ਹਾਂ ਦਾ ਨਿਕਲਦਾ ਵਾ ਤੇ ਫਕਰ ਹੁੰਦਾ ਪਰਿਵਾਰ ਨੂੰ ਵੀ ਉਸ ਦੇ ਨਾਲ ਨਾਲ ਅਦੇ ਚਾਚਾ ਜੀ ਨੂੰ ਵੀ ਫਕਰ ਆ ਇਸੇ ਕਰਦਾ ਕਿ ਉਹਨਾਂ ਦੇ ਜਦੋਂ ਇੰਟਰਵਿਊ ਜਾਂ ਕਿਤੇ ਵੀ ਸਨਮਾਨਿਤ ਕਰਨ ਵਾਸਤੇ ਲੈ ਕੇ ਜਾਂ ਬੁਲਾਉਂਦੇ ਆ ਤੇ ਫਿਰ ਉਹ ਆਪਣੇ ਚਾਚੇ ਨੂੰ ਨਾਲ ਲੈ ਕੇ ਜਾਂਦਾ ਆਪਣੇ ਬਾਪ ਨੂੰ ਨਹੀਂ ਖੜਦਾ ਕਿਉਂਕਿ ਚਾਚਾ ਯਾਰਾਂ ਦਾ ਯਾਰ ਆ ਚਾਚੇ ਨੂੰ ਇੱਕ ਯਾਰ ਵੀ ਕਿਹਾ ਜਾਂਦਾ ਵਾ ਉਸ ਟਾਈਮ ਜਦੋਂ ਬੱਚਾ ਵੱਡਾ ਹੋ ਜਾਂਦਾ ਵਾ ਤੁਹਾਨੂੰ ਦਿਖਾਇਆ ਵਾ ਇੰਡੀਆ ਬੁੱਕ ਆਫ ਰਿਕਾਰਡ ਚ 2020 ਦੇ ਵਿੱਚ ਵੀ ਉਸਨੇ ਨਾਮ ਦਰਜ ਕਰਾਇਆ ਤੇ ਹੁਣ ਕਰਮੀ ਚੱਕਰ ਵਾਸਤੇ ਵੀ ਆਪਣਾ ਨਾਮ ਦਰਜ ਕਰਵਾਉਣ ਵਾਸਤੇ ਸੰਘਰਸ਼ ਅਮਰਤਵੀਰ ਵੱਲੋਂ ਕੀਤਾ ਜਾ ਰਿਹਾ ਅਤੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਨੂੰ ਪੂਰੇ ਦੇਸ਼ ਵਾਸੀਆਂ ਨੂੰ ਇੱਕ ਪ੍ਰੇਰਿਤ ਕਰ ਰਿਹਾ ਵਾ ਕਿ ਆਪਾਂ ਨੂੰ ਨਸ਼ੇ ਦੀਆਂ ਚੀਜ਼ਾਂ ਤੋਂ ਅਤੇ ਗਲਤ ਸੁਸਾਇਟੀਆਂ ਤੋਂ ਦੂਰ ਰਹਿ ਕੇ ਸਾਨੂੰ ਇਹੋ ਜਿਹੇ ਸੰਘਰਸ਼ ਕਰਨੇ ਚਾਹੀਦੇ ਨੇ ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਅਤੇ ਆਪਣੇ ਪਰਿਵਾਰ ਨੂੰ ਸੁੱਖ ਦੇ ਸਕੀਏ ਅਤੇ ਆਪਣੇ ਇੱਕ ਇੱਕ ਸਿਹਤ ਦੇ ਸਕੀਏ ਚੰਗੀ ਨੌਜਵਾਨਾਂ ਨੂੰ ਉਸ ਨੂੰ ਸਿਹਤ ਦੇਣ ਦੇ ਵਾਸਤੇ ਉਹ ਇੱਕ ਚੰਗਾ ਨਾਗਰਿਕ ਬਣਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣੇ ਵੱਲੋਂ ਸੰਘਰਸ਼ ਕਰ ਰਿਹਾ ਵਾ ਕੈਮਰਾ ਪਰਸਨ ਜਸਵਿੰਦਰ ਬਿੱਦੀ ਨਾਲ ਜਤਿੰਦਰ ਕੁੰਡਲ ਰੰਗਲਾ ਟੀਵੀ ਗੁਰਦਾਸਪੁਰ